ਹਾਂਜੀ ਰੈਡੀ ਸਟਾਰਟ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੈਪਟਨ ਸਰਕਾਰ ਦਾ ਆਖਰੀ ਬਜਟ ਚੋਣਾਂਵੀ ਬਜਟ ਹੋ ਨਿਬੜਿਆ ਹੈ ਡੈਂਡੀ ਬਹੁਤ ਗੰਭੀਰ ਸੰਕਟ ਨਾਲ ਜੂਝ ਰਹੇ ਸੂਬੇ ਲਈ ਰਣਨੀਤਿਕ ਦਿਸ਼ਾ ਦ੍ਰਿਸ਼ਟੀ ਦੀ بجائے ਬਜਟ ਵਿੱਚ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਕੁਝ ਵਾਅਦਿਆਂ ਮੁਤਾਬਕ ਵੋਟ ਬੈਂਕ ਮਜ਼ਬੂਤ ਕਰਨ ਦੀ ਦਾਵੇਦਾਰੀ ਦਾ ਚਲਕਾਰਾ ਸਪਸ਼ਟ ਦਿਖਾਈ ਦਿੰਦਾ ਹੈ ਡੈਂਡੀ ਸਰਕਾਰੀ ਬਸਾਂ ਵਿੱਚ ਔਰਤਾਂ ਨੂੰ ਮੁਫਤ ਸਫ਼ਰ ਬੁਢਾਪਾ ਵਿਧਵਾ ਅੰਗਹੀਨ ਤੇ ਬੇਸਹਾਰਾ ਪੈਨਸ਼ਨ ਦੁੱਗਣੀ ਕਰਕੇ 1500 ਰੁਪਏ ਮਹੀਨਾ ਕਰਨ ਅਸ਼ੀਰਵਾਦ ਸਕੀਮ 51000 ਰੁਪਏ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਲਈ 6ਵੀਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ 9000 ਕਰੋੜ ਰੁਪਏ ਰੱਖਣਾ ਆਦ ਅਜੇ ਹੀ ਐਲਾਨ ਹਨ ਡੰਡੀ ਸਰਕਾਰੀ ਖੇਤਰ ਵਿੱਚ 48000 ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ ਡੈਂਡੀ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਸੀਮਤ ਤੌਰ ਤੇ ਅੱਗੇ ਵਧਿਆ ਹੈ ਕਿ 1118 ਕਰੋੜ ਰੁਪਏ ਨਾਲ 1 ਲੱਖ 13 ਹਜ਼ਾਰ ਕਿਸਾਨਾਂ ਦਾ 2 ਲੱਖ ਰੁਪਏ ਤੱਕ ਅਤੇ ਮਜ਼ਦੂਰਾਂ ਦਾ ਸਹਿਕਾਰੀ ਕਰਜ਼ਾ 526 ਕਰੋੜ ਰੁਪਏ ਤੱਕ ਮਾਫ ਹੋਵੇਗਾ ਡੰਡੀ ਖੁਦਕੁਸ਼ੀ ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਲਈ ਰਾਹਤ ਰਾਸ਼ੀ ਬਾਰੇ ਵਿੱਤ ਮੰਤਰੀ ਖਾਮੋਸ਼ ਰਹੇ ਡੰਡੀ ਪੈਰਾ ਵਿੱਤ ਮੰਤਰੀ ਨੇ 2.73 ਲੱਖ ਕਰੋੜ ਦੇ ਕਰਜ਼ੇ ਦੇ ਵਿਆਜ ਵਾਪਸੀ ਲਈ ਹੋਰ 25000 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਲੋਡ ਦੇ ਜਵਾਬ ਵਿੱਚ ਸੂਬੇ ਦੇ ਕੁੱਲ ਘਰੇਲੂ ਉਤਪਾਦਨ ਵਧਾਉਣ ਉੱਤੇ ਜ਼ੋਰ ਦਿੱਤਾ ਪਰ ਇਸ ਨੂੰ ਵਧਾਉਣ ਵਾਲੀ ਕੋਈ ਪੁਖਤਾ ਰੋਡ ਮੈਪ ਨਹੀਂ ਹੈ ਡੈਂਡੀ ਮੌਜੂਦਾ ਕਿਸਾਨ ਅੰਦੋਲਨ ਖੇਤੀ ਤੇ ਕਿਸਾਨੀ ਦੇ ਗੰਭੀਰ ਸੰਕਟ ਦਾ ਪ੍ਰਗਟਾਵਾ ਕਰ ਰਿਹਾ ਹੈ ਡੈਂਡੀ ਪੰਜਾਬ ਸਰਕਾਰ ਨੇ ਆਖਰੀ ਸਾਲ ਵਿੱਚ ਵੀ ਕਿਸਾਨ ਅਤੇ ਖੇਤੀ ਕਾਮਿਆਂ ਦੇ ਕਮਿਸ਼ਨ ਦੀ ਰਿਪੋਰਟ ਉੱਤੇ ਚਰਚਾ ਕਰਨ ਦੀ ਲੋੜ ਨਹੀਂ ਸਮਝੀ ਡੈਂਡੀ ਸੂਬੇ ਦੀ ਹੁਣ ਤੱਕ ਆਪਣੀ ਕੋਈ ਖੇਤੀ ਨੀਤੀ ਨਹੀਂ ਹੈ ਡੈਂਡੀ ਕਿਸਾਨਾਂ ਦੀ ਕਰਜ਼ਾ ਮੁਆਫੀ ਉੱਠਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਹੈ ਡੈਂਡੀ ਫਸਲੀ ਵਨ ਸਬੰਧਤਾ ਲਈ ਹੋਰ ਨਾ ਫਸਲਾਂ ਦੀ ਖਰੀਦ ਵਿੱਚ ਸਹਾਇਤਾ ਕਰਨ ਵਾਰੇ ਕੋਈ ਠੋਸ ਤਜਵੀਜ਼ ਨਹੀਂ ਹੈ ਡੈਂਡੀ ਪੈਰਾ ਘਰ ਘਰ ਰੁਜ਼ਗਾਰ ਦਾ ਵਾਅਦਾ ਹੁਨਰ ਵਿਕਾਸ ਤੱਕ ਸੀਮਤ ਕਰ ਦਿੱਤਾ ਗਿਆ ਹੈ ਡੈਂਡੀ ਬੇਰੁਜ਼ਗਾਰੀ ਪੱਤੇ ਦਾ ਸ਼ਬਦ ਸਨ ਵਿੱਚ ਨਹੀਂ ਆਇਆ ਡੰਡੀ ਗੈਰ ਰਸਮੀ ਖੇਤਰ ਦੀ ਕਰੋਨਾ ਅਤੇ ਹੋਰ ਕਾਰਨ ਕਰਕੇ ਬੇਕਾਰ ਹੋਈ ਲੱਖਾਂ ਕਿਰਤੀਆਂ ਲਈ ਕੋਈ ਤਜਵੀਜ਼ ਨਹੀਂ ਹੈ ਡੰਡੀ ਕੇਂਦਰ ਸਰਕਾਰ ਨੇ ਮਨਰੇਗਾ ਦਾ ਬਜਟ ਘਟਾ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਵੀ ਆਪਣੀ ਪੱਧਰਤੀ ਇਸ ਦੇਸ਼ਾਵਲ ਕੋਈ ਕਦਮ ਪੁੱਟਣ ਦਾ ਸੰਕੇਤ ਨਹੀਂ ਦਿੰਦਾ ਡਾਂਡੀ ਵਿੱਤ ਮੰਤਰੀ ਦੇ ਕਈ ਐਲਾਨ ਜੁਲਾਈ 2021 ਤੋਂ ਲਾਗੂ ਹੋਣੇ ਹਨ ਭਾਵ ਚੋਣਾਂ ਦੇ ਐਲਾਨ ਤੋਂ ਮਹਿਜ ਕੁਝ ਮਹੀਨੇ ਪਹਿਲਾਂ ਡਾਂਡੀ ਬਿਜਲੀ ਮਹਿੰਗਾਈ ਬਾਰੇ ਵਿੱਤ ਮੰਤਰੀ ਨੇ ਸਾਫ਼ ਕਿਹਾ ਕਿ ਕਿਸਾਨਾਂ ਅਣਸੂਚਿਤ ਜਾਤੀਆਂ ਗਰੀਬਾਂ ਅਤੇ ਅਦਜੋਗਾਂ ਲਈ ਕਰੀਬ 14000 ਕਰੋੜ ਰੁਪਏ ਦੀ ਸਬਸਿਡੀ ਤੋਂ ਵੱਧ ਹੋਰ ਕੋਈ ਗੁੰਜਾਇਸ਼ ਨਹੀਂ ਹੈ ਡੈਂਡੀ ਸਟਾਪ